अस्सलामुअलैकुम। सुनाओ जी, की हाल चाल ने? तुस सारेयां दे फिट फाट हो ते ठीक ठाक हो ना? आज दे वीलॉग विच पाइए टैक्स ले दे अगे पिछे फेर रहा ते सलाह बना के आए हैं। मैं जेड़े ना टिकाना खानपुर डैम बड़िया जेड़े ना अजकल मशहूरी विच चल रहा ते टोटल तो जेड़ा ना डॉक्टर साहब कोई कीता पंप पेट्रोल शट्रोल कीता खानपुर यूईटी टैक्सला टैक्सला म्यूजियम पीटीडीसी मोटेल कैंट बोर्ड ऑफिस एच आई टी ई सी यूनिवर्सिटी गदारा आर्ट विलेज है सारा कुछ जेड़ा ना ये इतों खब्बे हो जाइए तो होंगे असी इतों खब्बे हुए हैं जेड़ा ना नैशनल हाईवे पेशावर टू इस्लामाबाद जेड़ी है पूरे तो असी खब्बे हुए हैं ते असी एस सूरज रोड उत्ते आ गए जेड़ा किसान लै के की जड़ा ने यामाहा YB125Z ते आए सी आज जड़ा ना ओ तो आलमोस्ट 2-3 साल बाद यामाहा YBR-G ते आ रहे हैं ते नाल जड़ा ना पीछे पीछे डॉक्टर साहब भी आ रहे ने। डॉक्टर साहब ने एक छोटा जा काम सी वाह ते उत्थे गए हां उत्थों गा के और वापस आए हां। टाइम हो गया ने 2:32 मंगल का दिन 3 मार्च 2021 हालात वाकया जड़े ने दोबारा तो जड़ा ना थोड़े थोड़े खराब हो रहे ने। इस वास्ते जड़ा ना हालात वाकया नाम नहीं लेना क्योंकि थोड़ा थोड़ा बंद बनते हैं। जड़ा ना अपनी सेफ्टी वगैरह प्रीकॉशन जड़े ना सारे तुसी अपने एहतियात सारे जड़े ना यकीनी बनाओ ते अपने आप नूं भी बचाओ अपनी फैमिली नूं भी बचाओ ते अपने रिश्तेदारां नूं भी बचाओ पैंडेमिक तों। ते अल्लाह पाक तुहानूं सारिआं नूं जिहड़ा ना सेहत दे विच सारिआं जिहड़ा ना आसां खुशियां रखे। अच्छा जी, पिछली वारी ते साडा रोड दा जिहड़ा सी ना एक्सपीरियंस ओह थोड़ा सारा बुरा ही रिहा सी क्योंकि काफ़ी ज़्यादा जिहड़ा ना रोड खराब सी ते हुण पता नहीं की करना चाह रहे ने। सुजुकी बोलान AKA साबणदानी आले ਵੀਲੌਗ ਦੇ ਯਾਰ ਪਾਰਟਸ ਜਿਹੜੇ ਨੇ ਨਾ ਉਹ ਕਰ ਲਵਾਂਗੇ ਅਸੀਂ 2 ਕਰ ਲਵਾਂਗੇ ਜੇ 3 ਮਿੰਟ ਤੱਕ ਪਹੁੰਚ ਗਿਆ ਨਾ ਤੇ 13-14 ਮਿੰਟ ਦਾ ਇੱਕ ਇੱਕ ਪਾਰਟ ਜਿਹੜਾ ਨਾ ਉਹ ਰਿਕਾਰਡ ਕਰ ਲਾਂਗੇ। ਜਿਹੜੇ ਛੋਟੇ ਮੋਟੇ ਵਿੱਚ ਸਾਈਟਸ ਨੇ ਉਹ ਮੈਂ ਦੱਸ ਦਿਆਂਗਾ ਇਨਫੋਰਮੇਸ਼ਨ
ਆਨਲਾਈਨ ਆਫਿਸ, ਇਹਨਾਂ ਦਾ ਆਨਲਾਈਨ ਕੋਈ ਸਿਰੋਂ ਅੰਦਾਜ਼ਾ ਨਹੀਂ ਤੇ ਨਾ ਇਹ ਇਲਮ ਹੈ ਕਿ ਕੀ ਚੀਜ਼ ਹੈ। ਅੱਛਾ ਲਾਈਨ ਕਾਫੀ ਲੱਗੀ ਹੋਈ ਹੈ ਅੱਗੇ ਨਾ, ਮੈਨੂੰ ਸ਼ੱਕ ਪੈ ਰਿਹਾ ਹੈ ਕਿ ਇਹ ਲਾਈਨ ਟੁੱਟੇਗੀ ਕਿਧਰੇ ਐਕਸਟਰਾ ਜਿਹੜੀ ਹੈ ਨਾ UET ਵੀ ਹੈ ਨਾ ਯੂਨੀਵਰਸਿਟੀ ਟੈਕਨੋਲੋਜੀ ਦੀ ਟੈਕਸ ਦੇ ਵਿੱਚ, ਉੱਥੇ ਜਾ ਕੇ ਕਿਤੇ ਲਾਈਨ ਟੁੱਟੇਗੀ ਜਾਂ ਫਿਰ ਹੋ ਸਕਦਾ ਤੋੜ ਖਾਨਪੁਰ ਡੈਮ ਤੱਕ ਰਹੇਗੀ ਲਾਈਨ। ਲੈਟਸ ਸੀ ਕੀ ਹੁੰਦਾ। ਸਿਰਫ ਔਰ ਸਿਰਫ ਜਾਂਦੀ ਵਾਰੀ ਜਿਹੜਾ ਨਾ ਤੁਹਾਨੂੰ ਇਹ ਸਾਰਾ ਥਕਾਂ ਛਕਾਂਗੇ ਅਤੇ ਵਾਪਸੀ 'ਤੇ ਜਿਹੜਾ ਨਾ ਉਹ ਤੁਹਾਨੂੰ ਨਹੀਂ ਥਕਾਉਣ ਲੱਗੇ। ਵਾਪਸੀ 'ਤੇ ਅਸੀਂ ਇਸਲਾਮਾਬਾਦ ਹੀ ਜਾਣਾ ਅਤੇ ਉੱਥੇ ਹੋ ਸਕਦਾ ਤੁਹਾਨੂੰ ਉੱਥੇ ਕਿਤੇ ਇਸਲਾਮਾਬਾਦ ਵਿੱਚ ਦੋ ਛੋਟੀ ਮੋਟੀ ਵੀਡੀਓਜ਼ ਬਣ ਜਾਣ, ਲੇਕਿਨ ਮੇਰਾ ਮੂਡ ਨਹੀਂ ਅੱਜ ਕਰ ਰਿਹਾ। ਮੈਂ ਕੈਮਰਾ 'ਤੇ ਲੈ ਕੇ ਆਇਆ ਸੀ ਲੇਕਿਨ ਫਿਰ ਵੀ ਮੇਰਾ ਮੂਡ ਨਹੀਂ ਸੀ ਕਰ ਰਿਹਾ ਵੀਡੀਓ ਬਣਾਉਣ ਦੇ ਨਾਲ। ਥੋੜ੍ਹਾ ਸਾਰਾ ਜਿਹੜਾ ਨਾ ਭਾਈ ਆਲਸੀ ਹੋਏ ਆ ਅਤੇ ਐਲੀ ਵੀਡੀਓ ਜਿਹੜੀ ਸ਼ੂਟ ਕੀਤੀ ਹੈ, ਕਿਉਂਕਿ ਥੋੜ੍ਹਾ ਸਾਰਾ ਜਿਹੜਾ ਨਾ ਇੱਕ ਯੂਨੀਕ ਕਿਸਮ ਦਾ ਕੰਟੈਂਟ ਹੈ ਕਿਉਂਕਿ ਪਹਿਲੇ ਨਹੀਂ ਹੋਏ ਆ ਐਸ ਸੱਚ ਕਵਰ ਨਾ ਚੈਨਲ 'ਤੇ, ਅਤੇ ਇਸ ਕਰਕੇ ਲਿਆਜ਼ਾ ਮੇਰਾ ਸੱਚੀ ਨਹੀਂ ਸੀ ਦਿਲ। ਚਲੋ ਅੱਲਾ ਪਾਕ ਦੀ ਤਾਕਤਾਂ ਵਿੱਚ ਹੀ ਕੋਈ ਨਾ ਕੋਈ ਹਿਕਮਤ ਹੁੰਦੀ ਹੈ। ਅੱਛਾ ਆਬਾਦੀ ਜਿਹੜੀ ਹੈ ਨਾ ਉਹ ਇੱਥੇ ਕਾਫੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਅੱਗੇ ਨਿਕਲ ਕੇ। ਪਹਿਲੇ ਦਿਨ ਨਿਸਬਤ ਜਿਹੜਾ ਨਾ ਕਾਫੀ ਫਰਕ ਮਹਿਸੂਸ ਹੋ ਰਿਹਾ ਆਬਾਦੀ ਵਿੱਚ ਵੀ ਨਾ, ਮੈਂ ਕੰਸਟਰਕਸ਼ਨ ਵਗੈਰਾ ਵਿੱਚ ਵੀ। ਅੱਛਾ ਤੁਹਾਨੂੰ ਇੱਕ ਹੋਰ ਵੀ ਮੈਂ ਛੋਟੀ ਜਿਹੀ ਇਨਫੋਰਮੇਸ਼ਨ ਦਿੰਦਾ ਚੱਲਦਾ ਕਿ ਆਪਣਾ ਐਲਾ ਜਿਹੜਾ ਰੋਡ ਹੈ ਨਾ ਸਟਰੇਟ, ਇਹ ਤੁਸੀਂ ਨਾਰਾਣ ਕਾਗਾਨ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਰੋਡ ਉਸ ਟਾਈਮ ਹੀ ਲੈ ਸਕਦੇ ਹੋ ਕਿਉਂਕਿ ਸ਼ਾਰਟਕੱਟ ਥੋੜ੍ਹਾ ਸਾਰਾ ਪੈਂਦਾ ਅਤੇ ਕਾਫੀ ਖੂਬਸੂਰਤ ਸੀਨਸ ਵਾਲਾ ਜਿਹੜਾ ਨਾ ਸ਼ਾਰਟਕੱਟ ਵੀ ਹੈ। ਅੱਛਾ ਜੀ ਇੱਧਰ ਕੀ ਹੈ, ਕੋਈ ਸਮਝ ਨਹੀਂ ਆ ਰਹੀ ਕੀ ਹੈ ਇੱਥੇ। ਪੀਪਲ ਗੈਦਰਿੰਗ ਕਾਫੀ ਹੈ ਹੁਣ, ਆਈ ਡੋਂਟ ਨੋ ਕਿ ਕੀ ਚੱਕਰ ਹੈ। ਅੱਛਾ ਜੀ ਇਹ ਫਿਲਹਾਲ ਅਸੀਂ ਟੈਕਸਲਾ ਵਿੱਚੋਂ ਗੁਜ਼ਰ ਰਹੇ ਹਾਂ, ਜਿਹੜਾ ਸ਼ਹਿਰ ਏਰੀਆ ਟੈਕਸਲਾ ਇੱਥੋਂ ਨਿਕਲਦੇ ਹਾਂ ਅਸੀਂ, ਅਤੇ ਇਹ ਟੈਕਸਲਾ ਗੁੱਡ ਬਾਏ ਟੈਕਸਲਾ ਕੈਂਟ ਵੀ ਬੋਰਡ ਲੱਗਿਆ। ਇੱਧਰ ਦਾ ਮੈਨੂੰ ਹੁਣ ਵਾਕਈ ਨਹੀਂ ਚਾਹੀਦਾ, ਮੈਂ ਕੋਈ ਮੇਰੇ ਖਿਆਲ ਨਾਲ ਕੋਈ ਖੇਲਾਂ ਦਾ ਹੈ ਯੂਥ ਹੋਸਟਲ ਟੈਕਸਲਾ ਸ਼ਾਹਪੁਰਮ ਫਰੋਮ ਆਈ ਡੋਂਟ ਨੋ ਲੈ ਕੀ ਹੈ। ਅੱਛਾ ਇੱਥੇ ਆ ਸਿੱਧੀ ਜਿਹੜੀ ਤੁਹਾਨੂੰ ਰੋਡ ਨਜ਼ਰ ਆ ਰਹੀ ਹੈ ਇਹ ਵੇ ਆਪਣਾ ਟੈਕਸਲਾ ਮਿਊਜ਼ੀਅਮ, ਜਿਹੜਾ ਕਿ ਮਤਲਬ ਕਿ ਇੱਕ ਗੰਧਾਰਾ ਤਹਿਜ਼ੀਬ ਹੈ ਉਹਦੇ ਉੱਤੇ ਜਿਹੜਾ ਨਾ ਬੇਸਡ ਹੈ, ਗਵਰਨਮੈਂਟ ਆਫ ਪੰਜਾਬ ਡੈਕੋਰੇਟ ਜਨਰਲ ਆਫ ਆਰਕੀਓਲੋਜੀ ਟੈਕਸਲਾ ਮਿਊਜ਼ੀਅਮ। ਇਹਦੇ ਵਿੱਚ ਕਾਫੀ ਰਿਚ ਇਨਫੋਰਮੇਸ਼ਨ ਹੈ ਗੰਧਾਰਾ ਸਿਵਿਲਾਈਜੇਸ਼ਨ ਦੇ ਮੁਤਲਕ, ਜੇ ਤੁਸੀਂ ਹਿਸਟਰੀ ਦੇ ਸਟੂਡੈਂਟ ਹੋ ਜਾਂ ਫਿਰ ਤੁਸੀਂ ਉਹ ਹਿਸਟਰੀ ਨਾਲ ਉਭ ਰੱਖਦੇ ਹੋ, ਝਾਤ ਰੱਖਦੇ ਹੋ ਹਿਸਟਰੀ ਨੇ ਤਾਰੀਖ ਨਾਲ ਪੜ੍ਹਨੇ ਦੀ ਤਾਰੀਖ ਨਾਲ ਇੱਕ ਦਿਲਚਸਪੀ ਹੈ ਤੁਹਾਡਾ ਲਗਾ ਹੋਵੇ, ਤੁਸੀਂ ਇਹ ਵਾਲਾ ਮਿਊਜ਼ੀਅਮ ਜਿਹੜਾ ਇਹ ਜ਼ਰੂਰ ਜ਼ਰੂਰ ਜਿਹੜਾ ਨਾ ਤੁਸੀਂ ਇਹ ਨਾ ਵਿਜ਼ਿਟ ਕਰੋ, ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਜਿਹੜਾ ਨਾ ਲਾਈਫ ਵਿੱਚ, ਕਿਉਂਕਿ ਇਹ ਕਾਫੀ ਜ਼ਿਆਦਾ ਇਨਫੋਰਮੇਸ਼ਨ ਇਹਦੇ ਵਿੱਚ ਤੁਹਾਨੂੰ ਲੱਭੇਗੀ। ਮੈਂ ਇਹ ਵੇਖਿਆ ਲਾਸਟ ਟਾਈਮ ਮੈਂ ਵੇਖਿਆ ਵਿਕਾਸ ਗੋਂਦਰ ਸਾਹਿਬ ਅਤੇ ਮੈਂ ਆਏ ਸੀ ਅਤੇ ਅਸੀਂ ਦੋਨੋਂ ਜਿਹੜੇ ਨਾ ਇੱਥੇ ਅੰਦਰ ਜਾ ਕੇ ਅਤੇ ਸਾਰਾ ਵੇਖ ਜਾ ਕੇ ਅਤੇ ਸਾਰਾ ਸਾਨ ਤਾਂ ਇੰਨਾ ਖਾਸ ਇਹ ਚੀਜ਼ ਨੂੰ ਚੱਲਾ ਕਿ ਸਾਨ ਜਿਹੜਾ ਨਾ ਸਾਨੂੰ ਪਤਾ ਵੀ ਕੋਈ ਨਹੀਂ ਸੀ ਇੰਨਾ, ਨਾ ਹੀ ਅਸੀਂ ਹਿਸਟਰੀ ਦੇ ਸਟੂਡੈਂਟ ਸੀ, ਲਿਹਾਜ਼ਾ ਜਿਹੜਾ ਨਾ ਸਾਡੀ ਉਸ ਹਿਸਾਬ ਦੀ ਨਹੀਂ ਸੀ ਨਾ ਹੋ ਸਕੀ ਇਹਦੀ ਮਤਲਬ ਕਿ ਕਵਰੇਜ, ਅਤੇ ਜੇ ਤੁਸੀਂ ਹਿਸਟਰੀ ਨਾਲ ਤੱਲਕ ਰੱਖੋ ਤਾਂ ਤੁਸੀਂ ਇਹਨੂੰ ਜ਼ਿਆਦਾ ਸਮਝ ਸਕੋਗੇ। ਅੱਛਾ ਜੀ ਇੱਥੇ ਜਿਹੜਾ ਨਾ ਦੋਰੀਆਂ
ਟੈਕਸਲੇ ਦੀਆਂ ਦੌਰੀਆਂ ਜਿਹੜੀਆਂ ਨਾ ਉਹ ਬੜੀਆਂ ਮਸ਼ਹੂਰ ਨੇ ਅਤੇ ਨਾਲ ਨਾਲ ਐ ਕਵਰਾਂ ਦੇ ਉੱਤੇ ਜਿਹੜੀ ਨਾ ਲਾਣੇ ਵਾਲੀ ਹੁੰਦੀ ਟਾਇਲ ਵਗੈਰਾ ਉਹ ਵੀ ਇੱਥੇ ਤਿਆਰ ਕਰ ਰਹੇ ਨੇ। ਪੱਥਰ ਵਗੈਰਾ ਜਿਹੜਾ ਨਾ ਉਹਦੀ ਮਾਰਕੀਟ ਉਹ ਇੱਥੇ ਜਿਹੜਾ ਨਾ ਨਾਲ ਨਾਲ ਤਿਆਰ ਹੁੰਦਾ। ਰਸ਼ ਕਾਫੀ ਜ਼ਿਆਦਾ ਇੱਥੇ ਸਾਨੂੰ ਨਾ ਮਿਲ ਰਿਹਾ ਇੱਧਰ ਇੱਧਰ ਜਿਹੜਾ ਨਾ ਦੋਵਾਂ ਸਾਈਡਾਂ 'ਤੇ ਪੱਥਰ ਦੀ ਮਾਰਕੀਟ ਨਮਾ ਚੀਜ਼ਾਂ ਨੇ। ਅੱਛਾ ਜੀ ਬਾਜ਼ਾਰ ਹੈ, ਬਾਜ਼ਾਰ ਵਿੱਚ ਥੋੜ੍ਹਾ ਸਾ ਸਾਈਡ ਦੇ ਥੱਲੇ ਰਫ ਰਹਿ ਕੇ ਅਤੇ ਆਰਾਮ ਆਰਾਮ ਨਾਲ ਨਿਕਲ ਰਹੇ ਹਾਂ। ਲੈਸ ਸੀ ਕਿ ਅੱਗੇ ਹੋਣ ਇਹਦੇ ਦਿਲ ਪ੍ਰਸ਼ ਵਾਕਿਆਤ ਨਾ ਹੋਣ, ਮਤਲਬ ਕਿ ਸੀਨਸ ਨਾ ਹੋਣ ਇਹਦੇ ਜਿਹੜੇ ਕਿ ਦੁਬਾਰਾ ਸਨ ਇੱਧਰ ਆਉਣ ਅਤੇ ਰੋਕਣ ਨਾ, ਮਤਲਬ ਕਿ ਰੋਡ ਸ਼ੋਡ ਫਿੱਟ ਹੀ ਸਨ। ਮਤਲਬ ਲਾਸਟ ਟਾਈਮ ਦਾ ਸਨ ਬੜੀ ਖਰਾਬ ਰੋਡ ਲੱਭੀ ਸੀ, ਤੋਬਾ ਤੋਬਾ ਬਹੁਤ ਜ਼ਿਆਦਾ ਘੱਟਾ ਸੀ ਉਸ ਟਾਈਮ। ਅੱਛਾ ਜੀ ਟਰੱਕ ਲਾਗੇ ਲੱਗ ਗਿਆ ਅਤੇ ਜਗ੍ਹਾ ਖਾਲੀ ਜਿਹੀ ਹੋਈ ਹੈ ਥੋੜ੍ਹੀ ਖਾਲੀ ਨਾ, ਉਹਨੇ ਕਾਰ ਨੇ ਘੱਟਾ ਉਡਾਣਾ ਅਸੀਂ ਇਹਨੇ ਇੰਨਾ ਜ਼ਿਆਦਾ ਨਹੀਂ ਉਡਾਇਆ ਮੇਰਾ ਆਮ ਸੀ ਨਾ। ਅੱਛਾ ਜੀ ਹੁਣ ਇਹ ਸੀ ਤਕਰੀਬ ਇਹ ਸਾਈਡ ਜਿਹੜਾ ਨਾ ਵੈਸ ਵਗੈਰਾ ਜਿਹੜੇ ਨੇ ਰਾਜਵਾੜੇ ਪੈ ਨੇ ਹੋਰ ਵੀ ਮਤਲਬ ਕਿ ਇੱਥੇ ਮਤਲਬ ਜਿਹੜੀਆਂ ਪ੍ਰੋਮੀਨੈਂਟ ਚੀਜ਼ਾਂ ਨੇ ਨਾ ਮਸ਼ਹੂਰ ਮਸ਼ਹੂਰ ਉਹ ਇੱਥੇ ਕਾਫੀ ਜ਼ਿਆਦਾ ਪਈਆਂ। ਸਾਹਮਣੇ ਬੜਾ ਖੂਬਸੂਰਤ ਜਿਹਾ ਨਜ਼ਾਰਾ ਆਇਆ ਜੀ ਪਹਾੜ ਦਾ, ਮਾਸ਼ਾਅੱਲਾ ਪਹਾੜ ਤਾਂ ਫਿਰ ਖੂਬਸੂਰਤ ਹੁੰਦੇ ਨੇ ਨਾ, ਹਮੇਸ਼ਾ ਖੂਬਸੂਰਤ ਹੀ ਲੱਗਦੇ ਵੀ ਨੇ। ਪਹਾੜਾਂ ਨਾਲ ਬਾਈ ਦਾ ਇੱਕ ਬੜਾ ਖੂਬਸੂਰਤ ਜਿਹਾ ਰਿਲੇਸ਼ਨ, ਅੱਲਾ ਕਰੇ ਬਣਿਆ ਰਵੇ ਤੰਗ ਨਾ ਹੋਵੇ ਕਿਧਰੇ ਖਰਾਬਾ ਰਹਾ ਬਣੇ। ਜਿਹੜੇ ਨਾ ਦੇਖੋ ਗੁਲਦਾਨ ਜਿਹੜੇ ਨਾ ਵੱਡੇ ਵੈਸ ਵਗੈਰਾ ਉੱਤੇ ਹੈ। ਇਹ ਜੀ ਸਾਈਡ 'ਤੇ ਕਬਰਸਤਾਨ ਹੈ ਅਤੇ ਇਹ ਉਤਲੀ ਉਰਲੀ ਸਾਈਡ 'ਤੇ ਖੂਹ ਵੀ ਹੈ ਨਾਲ, ਪੁਰਾਣੇ ਜ਼ਮਾਨੇ ਦਾ ਜਿਹੜਾ ਨਾ ਖੂਹ ਵੀ ਜੇ ਹੈ ਵੇ ਹੁਣ ਸੈਟ ਸੈਟ ਕਰਕੇ ਨਾ ਰੱਖੇ ਆ ਨਹੀਂ ਜੇ ਵੀ। ਇੱਥੇ ਪੜ੍ਹਦੇ ਰਹੇ ਨੇ ਹੁਸੈਨ ਸਿਆਲਵੀ ਆਈ ਥਿੰਕ ਇੱਥੇ ਹੀ ਪੜ੍ਹਦਾ ਰਿਹਾ, ਉਹਨੂੰ ਹੋ ਸਕਦਾ ਵੀਡੀਓ ਵੀ ਵੇਖਦੇ ਨੇ ਕਿ ਨਹੀਂ ਵੇਖਦੇ ਨਾ, ਉਹਨਾਂ ਨੂੰ ਪਤਾ ਵੀ ਹੋ ਸਕਦਾ ਉਹਨਾਂ ਨੂੰ ਹੋਵੇ ਕਿ ਨਾ ਹੋਵੇ, ਭਾਈ ਵੀਡੀਓ ਵੀ ਬਣਾਉਂਦਾ ਲੇਕਿਨ ਉਹ ਇੱਥੇ ਪੜ੍ਹਦੇ ਨੇ, ਮੈਨੂੰ ਥੋੜ੍ਹਾ ਆਈਡੀਆ ਹੈ ਵੀ ਥੋੜ੍ਹਾ ਸਾਰਾ ਨਾ। ਚੰਡਿਆਲ ਜਗ੍ਹਾ ਦਾ ਨਾਮ ਸੀ, ਚੰਡਿਆਲ ਬੋਰਡ ਲੱਗੇ ਆ। ਪੰਜਾਬ ਹਾਈਵੇ ਗੁੱਡ ਬਾਏ ਕਹਿ ਰਹੀ ਹੈ ਜੀ, ਮੀਨਸ ਕਿ ਇੱਥੇ ਪੰਜਾਬ ਦੀ ਦੂਰ ਦਾ ਇਖਤਤਾਮ ਹੈ। ਖੁਸ਼ਾਮਦੀਦ ਖੈਬਰ ਪਖਤੂਨਖਵਾ, ਵੈਲਕਮ ਟੂ ਖੈਬਰ ਪਖਤੂਨ। ਲਓ ਜੀ ਆਨ ਕੈਮਰਾ ਫਸਟ ਟਾਈਮ ਐਂਟਰਿੰਗ ਫਰੋਮ ਪੰਜਾਬ ਟੂ KPK ਖੈਬਰ ਪਖਤੂਨਖਵਾ। ਨਾਮ ਵੈਸੇ ਪੁਕਾਰਨੇ ਵਿੱਚ ਵੀ ਬੜਾ ਇੱਕ ਸ਼ੀਰੀ ਰੱਖਦਾ ਹੈ ਖੈਬਰ ਪਖਤੂਨਖਵਾ। ਖੂਬਸੂਰਤੀ ਹੈ ਖੈਬਰ ਪਖਤੂਨਖਵਾ ਵਿੱਚ ਵੀ, ਸਾਡੇ ਸਾਰੇ ਪਾਕਿਸਤਾਨ ਵਿੱਚ ਖੂਬਸੂਰਤੀ ਹੈ, ਸਾਡੇ ਸਾਰੇ ਪਾਕਿਸਤਾਨ ਵਿੱਚ ਹਰ ਇੱਕ ਚੀਜ਼ ਹੈ, ਬਸ ਅੱਲਾਹ ਪਾਕ ਦਾ ਜਿਹੜਾ ਨਾ ਸ਼ੁਕਰ ਅਦਾ ਕੀਤਾ ਕਰੋ ਕਿ ਉਹਨੇ ਸਾਨੂੰ ਇੱਕ ਆਪਣਾ ਪਾਕਿਸਤਾਨ ਛੋਟਾ ਜਿਹਾ ਮੁਲਕ ਹੈ ਨਾ, ਦੁਨੀਆ ਦਾ ਨਕਸ਼ਾ ਦੇਖਿਆ ਜਾਏ ਤਾਂ ਛੋਟੇ ਜਿਹੇ ਮੁਲਕ ਵਿੱਚ ਇੱਕ
ਹਰ ਚੀਜ਼ ਤੋਂ ਸਾਨੂੰ ਆ ਦਿੱਤਾ ਹੁੰਦਾ। ਪਹਾੜ, ਮੈਦਾਨ, ਸਰਖੇਜ਼ ਜ਼ਮੀਨ, ਬੰਜਰ ਜ਼ਮੀਨ, ਰੇਤ, ਦਰਿਆ, ਸਮੁੰਦਰ, ਕੀ ਨਹੀਂ ਤੁਹਾਡੇ ਕੋਲ। ਬਰਫ਼ਬਾਰੀ ਤੁਹਾਡੇ ਕੋਲ ਹੁੰਦੀ ਹੈ, ਟੈਂਪਰੇਚਰ ਥਲ ਅੱਗੇ ਵਿੱਚ ਜਾਂ ਫਿਰ ਚੋਲਿਸਤਾਨ ਵਾਲੀ ਸਾਈਡ 'ਤੇ 50 ਤੋਂ ਉੱਤੇ ਤੁਹਾਡੇ ਕੋਲ ਜਾਂਦਾ ਹੈ। ਅੰਬ ਹੁੰਦੇ ਨੇ ਤੁਹਾਡੇ ਕੋਲ, ਪੰਜ ਛੇ ਮੌਸਮ ਨੇ ਤੁਹਾਡੇ ਕੋਲ, ਛੋਟੇ ਮੋਟੇ ਰਲਾ ਮਿਲਾ ਕੇ ਜਿਹੜੇ ਬਣਦੇ ਨੇ, ਅਤੇ ਬੜਾ ਖੂਬਸੂਰਤ ਜਿਹਾ ਮਾਹੌਲ ਤੁਹਾਡੇ ਕੋਲ। ਈਚ ਐਂਡ ਐਵਰੀਥਿੰਗ ਜਿਹੜੀ ਆ ਨਾ ਅੱਲਾਹ ਪਾਕ ਨੇ ਛੋਟੇ ਜਿਹੜੇ ਨਾ ਪੈਕੇਜ ਵਿੱਚ ਤੁਹਾਨੂੰ ਵਾਜ਼ੀ ਹੈ, ਅਤੇ ਇਹਦਾ ਸ਼ੁਕਰ ਅਦਾ ਕੀਤਾ ਕਰੋ ਪਾਕਿਸਤਾਨ ਦੇ ਜਾ ਕੇ। ਅਤੇ ਪਾਕਿਸਤਾਨ ਦਾ ਜਿਹੜਾ ਮਾਹੌਲ ਹੈ ਹੁਣ ਖੁਸ਼ਗਵਾਰ ਰਹਿਣਾ, ਅਤੇ ਜਿਹੜਾ ਨਾ ਕੋਸ਼ਿਸ਼ ਕੀਤੀ।